ਸ੍ਰੀਕਾਲ ਦੋਸਤੋ ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕੰਵਲਦੀਪ ਸਿੰਘ ਔਜਲਾ ਇਰੂਡਾਈਟ ਨਿਊਟ੍ਰੀਸ਼ਨ ਤੋਂ ਅੱਜ ਆਪਾਂ ਗੱਲ ਕਰਾਂਗੇ ਚਾਹ ਦੇ ਬਾਰੇ ਚਾਹ ਜੋ ਕਿ ਸਾਡੇ ਪੰਜਾਬੀਆਂ ਦਾ ਜਾਂ ਕਹਿ ਲਓ ਪੂਰੇ ਇੰਡੀਆ ਦਾ ਨੈਸ਼ਨਲ ਡਰਿੰਕ ਹੀ ਬਣ ਕੇ ਰਹਿ ਗਿਆ ਆ ਠੀਕ ਹੈ ਅਸੀਂ ਚਾਹ ਦੇ ਇੰਨੇ ਕੁ ਪ੍ਰੇਮੀ ਹੋ ਚੁੱਕੇ ਇੰਨੇ ਕੁ ਐਡਿਕਟ ਹੋ ਚੁੱਕੇ ਚਾਹ ਦੇ ਵੀ ਅਸੀਂ ਦੁਨੀਆ ਛੱਡ ਸਕਦੇ ਹਾਂ ਖਾਣਾ ਪੀਣਾ ਛੱਡ ਸਕਦੇ ਹਾਂ ਪਰ ਚਾਹ ਨਹੀਂ ਛੱਡ ਸਕਦੇ ਸੋ ਸਾਡੀ ਇੰਨੀ ਕੁ ਸਾਈਕੋਲੋਜੀਕਲੀ ਗਿਰਾਵਟ ਆ ਗਈ ਹੈ ਸਾਡੀ ਬਾਡੀ ਦੇ ਸਾਡੇ ਦਿਮਾਗ ਦੇ ਵਿੱਚ ਇੰਨੀ ਕੁ ਸਾਈਕੋਲੋਜੀਕਲੀ ਅਸੀਂ ਨੀਚੇ ਚਲੇ ਗਏ ਹਾਂ ਵੀ ਇੱਕ ਚਾਹ ਵਰਗੀ ਜੀਰੋ ਨਿਊਟ੍ਰੀਸ਼ਨ ਵਾਲੀ ਚੀਜ਼ ਨੂੰ ਵੀ ਅਸੀਂ ਛੱਡ ਨਹੀਂ ਸਕਦੇ ਅਸੀਂ ਇੰਨੇ ਕੁ ਗੁਲਾਮ ਇੰਨੇ ਕੁ ਆਦੀ ਹੋ ਗਏ ਹਾਂ ਉਹਦੇ ਵਜ੍ਹਾ ਕਿ ਮੈਂ ਆਪਣੇ ਸਾਰੇ ਪੇਸ਼ੈਂਟਸ ਨੂੰ ਰੈਕਮੈਂਡ ਕਰਦਾ ਵੀ ਤੁਹਾਨੂੰ ਚਾਹ ਨਹੀਂ ਪੀਣੀ ਚਾਹੀਦੀ ਦੁੱਧ ਪੱਤੀ ਵੀ ਨਹੀਂ ਪੀਣਾ ਚਾਹੀਦਾ ਉਹਦਾ ਕਾਰਨ ਇਹ ਹੈਗਾ ਆ ਕਿ ਚਾਹ ਸਾਡੇ ਸਰੀਰ ਲਈ ਬਹੁਤ ਨੁਕਸਾਨਦੇਹ ਆ ਸਾਡੇ ਸਰੀਰ 'ਚ ਸਟ੍ਰੈਸ ਕ੍ਰੀਏਟ ਕਰਦੀ ਆ ਲੇਕਿਨ ਪ੍ਰੋਬਲਮ ਕੀ ਆ ਚਾਹ ਇੱਕ ਸਾਡਾ ਟ੍ਰੈਂਡ ਆ ਕਿਸੇ ਦੇ ਘਰ ਜਾਓ ਤਾਂ ਚਾਹ ਕੋਈ ਸਾਡੇ ਘਰੇ ਆ ਜਾਏ ਤਾਂ ਚਾਹ ਕੋਈ ਜੰਮ ਗਿਆ ਤਾਂ ਚਾਹ ਕੋਈ ਮਰ ਗਿਆ ਤਾਂ ਚਾਹ ਵਿਹਲੇ ਬੈਠੇ ਆ ਤਾਂ ਚਾਹ ਬਿਜ਼ੀ ਆ ਟਾਈਮ ਕੱਢ ਕੇ ਚਾਹ ਪੀ ਲਓ ਠੀਕ ਹੈ ਸੋ ਚਾਹ ਇੱਕ ਸਾਡਾ ਟ੍ਰੈਂਡ ਬਣ ਗਿਆ ਲੇਕਿਨ ਅਸਲ 'ਚ ਚਾਹ ਪੀਣ ਦੀ ਆਦਤ ਸਾਡੇ ਲਈ ਬਹੁਤ ਹੀ ਹਾਨੀਕਾਰਕ ਆ ਇਹਦੇ ਬਾਰੇ ਹੋਰ ਤੁਹਾਨੂੰ ਮੈਂ ਡਿਟੇਲ ਇਸ ਵੀਡੀਓ ਦੇ ਵਿੱਚ ਦਊਂਗਾ ਸੋ ਵੀਡੀਓ ਦੇ ਵਿੱਚ ਜੁੜੇ ਰਹੋ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਜਦੋਂ ਮੈਂ ਹਾਸਪਿਟਲ ਦੇ ਵਿੱਚ ਆਪਣੀ ਪ੍ਰੈਕਟਿਸ ਕਰਦਾ ਹਾਂ ਤਾਂ ਮੇਰੇ ਕੋਲ ਬਹੁਤ ਵਰਾਇਟੀ ਦੇ ਮਰੀਜ਼ ਸਾਡੇ ਕੋਲ ਆਉਂਦੇ ਆ ਜਿਹੜੇ ਅਸੀਂ ਦੇਖੀਦੇ ਆ ਹਾਰਟ ਦੇ ਮਰੀਜ਼ ਕਿਡਨੀਆਂ ਦੇ ਮਰੀਜ਼ ਲਿਵਰ ਦੇ ਮਰੀਜ਼ ਗੋਡਿਆਂ ਜੋੜਾਂ ਦੀਆਂ ਦਰਦਾਂ ਵਾਲੇ ਈਵਨ ਬੱਚੇ ਵੀ ਕਈ ਵਾਰ ਆਉਂਦੇ ਆ ਪੇਟ ਦੀਆਂ ਬਿਮਾਰੀਆਂ ਪੇਟ ਦੇ ਛਾਲੇ ਐਸਿਡਿਟੀ ਇਹ ਸਾਰੀਆਂ ਬਿਮਾਰੀਆਂ ਵਾਲੇ ਜਿਹੜੇ ਮਰੀਜ਼ ਆ ਵਰਾਇਟੀ ਆਫ ਮਰੀਜ਼ ਜਿਹੜੇ ਹੈਗੇ ਆ ਉਹ ਅਸੀਂ ਹਾਸਪਿਟਲ ਦੇ ਵਿੱਚ ਅਟੈਂਡ ਕਰਦੇ ਹਾਂ ਅਤੇ ਉਹ ਜਿਹੜੀ ਇੱਕ ਕਾਮਨ ਗੱਲ ਜਿਹੜੀ ਮੈਂ ਉਹਨਾਂ ਸਾਰਿਆਂ ਨੂੰ ਜ਼ੋਰ ਪਾ ਕੇ ਸਮਝਾਉਂਦਾ ਹੁੰਦਾ ਉਹ ਇਹੀ ਹੈ ਕਿ ਪਲੀਜ਼ ਅਗਰ ਤੁਸੀਂ ਚਾਹੁੰਦੇ ਹੋ ਕਿ ਤੰਦਰੁਸਤੀ ਦੇ ਨਾਲ ਆਪਣਾ ਜੀਵਨ ਜੀਣਾ ਹੈ ਸਿਹਤ ਨੂੰ ਤੰਦਰੁਸਤ ਰੱਖਣਾ ਹੈ ਤਾਂ ਪਲੀਜ਼ ਚਾਹ ਦਾ ਖੜਾ ਛੱਡ ਦਿਓ ਬਹੁਤ ਘੱਟ ਲੋਕ ਮੇਰੀ ਗੱਲ ਮੰਨਦੇ ਆ ਲੇਕਿਨ ਫਿਰ ਵੀ ਮੈਂ ਕਹਿਣਾ ਨਹੀਂ ਹਟਦਾ ਚਾਹ ਹਰ ਬਿਮਾਰੀ ਦੇ ਵਿੱਚ ਸਾਡੇ ਸਰੀਰ ਵਾਸਤੇ ਮਾੜੀ ਆ ਜੇ ਤੁਸੀਂ ਨਿਰੋਗ ਵੀ ਹੈਗੇ ਆ ਤਾਂ ਹਾਂ ਚਾਹ ਦੇ ਨਾਲ ਤੁਹਾਨੂੰ ਬਿਮਾਰੀਆਂ ਲੱਗ ਜ਼ਰੂਰ ਜਾਣਗੀਆਂ ਕੁਛ ਨਾ ਕੁਛ ਨਵੀਆਂ ਸੋ ਟਾਈਮ ਰਹਿੰਦੇ ਹੋਏ ਚਾਹ ਨੂੰ ਛੱਡ ਦਿਓ ਅਗਰ ਤੁਸੀਂ ਆਲਰੇਡੀ ਬਿਮਾਰ ਆ ਬੀਪੀ ਹਾਰਟ ਸ਼ੂਗਰ ਕਿਸੇ ਵੀ ਪ੍ਰੋਬਲਮ ਦੇ ਕਰਕੇ ਜਾਂ ਜੋੜਾਂ ਦੀ ਦਰਦ ਜਾਂ ਫੈਟੀ ਲਿਵਰ ਜਾਂ ਐਸਿਡਿਟੀ ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਆ ਤੁਹਾਨੂੰ ਚਾਹ ਦੇ ਕਾਰਨ ਵਧਾਉਂਦੀਆਂ ਹੀ ਆ ਤੁਹਾਡੀ ਪ੍ਰੋਬਲਮ ਨੂੰ ਘਟਾਉਂਦੀਆਂ ਨੇ ਸੋ ਚਾਹ ਛੱਡਣੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਵੱਡਾ ਕਾਰਨ ਕੀ ਆ ਕਿ ਮੈਂ ਸਾਰਿਆਂ ਨੂੰ ਚਾਹ ਪੀਣ ਵਾਸਤੇ ਰੋਕਦਾ ਹਾਂ ਦੇਖੋ ਪਹਿਲੀ ਗੱਲ ਚਾਹ ਦੀ ਕੋਈ ਨਿਊਟ੍ਰੀਸ਼ਨ ਵੈਲਿਊ ਹੈ ਨਹੀਂ ਸਾਨੂੰ ਚਾਹ 'ਚੋਂ ਕੁਛ ਨਹੀਂ ਮਿਲਦਾ ਸਾਨੂੰ ਚਾਹ 'ਚੋਂ ਵਿਟਾਮਿਨ ਨਹੀਂ ਮਿਲਦੇ ਮਿਨਰਲ ਨਹੀਂ ਮਿਲਦੇ ਪ੍ਰੋਟੀਨ ਨਹੀਂ ਮਿਲਦਾ ਕੁਛ ਵੀ ਸਾਨੂੰ ਉਹਦੇ ਵਿੱਚੋਂ ਨਹੀਂ ਮਿਲਦਾ ਸਿਰਫ ਜਿਹੜਾ ਤੁਸੀਂ ਦੋ ਚਮਚ ਜਿਹੜੇ ਖੰਡ ਦੇ ਉਹਦੇ 'ਚ ਪਾਉਣੇ ਉਹਦੇ 'ਚੋਂ ਤੁਹਾਨੂੰ ਮਿੱਠੇ ਵਾਲੀਆਂ ਕੈਲਰੀਜ਼ ਜ਼ਰੂਰ ਮਿਲਣੀਆਂ ਆ ਹੋਰ ਤੁਹਾਨੂੰ ਚਾਹ 'ਚੋਂ ਕੁਛ ਵੀ ਨਹੀਂ ਮਿਲਣਾ ਨੁਕਸਾਨ ਬਹੁਤ ਨੇ ਸੋ ਪਹਿਲੀ ਗੱਲ ਤਾਂ ਚਾਹ ਇੱਕ ਜ਼ੀਰੋ ਨਿਊਟ੍ਰੀਸ਼ਨ ਵੈਲਿਊ ਵਾਲਾ ਡਰਿੰਕ ਆ ਸੋ ਕਿਉਂ ਜ਼ੀਰੋ ਵੈਲਿਊ ਨਿਊਟ੍ਰੀਸ਼ਨ ਵਾਲਾ ਡਰਿੰਕ ਲੈਣਾ ਤੁਸੀਂ ਵਧੀਆ ਨਿਊਟ੍ਰੀਸ਼ਨ ਵਾਲੀ ਚੀਜ਼ ਲਓ ਸੂਪ ਪੀਓ ਦੁੱਧ ਪੀਓ ਜਿਹ 'ਚੋਂ ਤੁਹਾਡੀ ਬਾਡੀ ਨੂੰ ਕੁਛ ਮਿਲਣਾ ਵੀ ਆ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਚਾਹ 'ਚ ਵੀ ਤਾਂ ਅੱਧਾ ਦੁੱਧ ਪਾਇਆ ਹੀ ਹੁੰਦਾ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਚਾਹ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਠੀਕ ਹੈ ਵਜ੍ਹਾ ਕਿ ਗ੍ਰੀਨ ਟੀ ਕਾਲੀ ਚਾਹ ਨਾਲੋਂ ਚੰਗੀ ਆ ਕਿਉਂਕਿ ਗ੍ਰੀਨ ਟੀ ਨੂੰ ਫਰਮੈਂਟ ਨਹੀਂ ਕੀਤਾ ਹੁੰਦਾ ਉਹਦੇ 'ਚ ਐਂਟੀਆਕਸੀਡੈਂਟ ਦੀ ਮਾਤਰਾ 3 ਗੁਣਾ ਜ਼ਿਆਦਾ ਪਰ ਜਦੋਂ ਉਹਦੀ ਫਰਮੈਂਟੇਸ਼ਨ ਹੋ ਜਾਂਦੀ ਆ ਉਹਦੇ ਐਂਟੀਆਕਸੀਡੈਂਟ ਘੱਟ ਜਾਂਦੇ ਆ ਐਂਟੀਆਕਸੀਡੈਂਟ ਸਾਡੀ ਬਾਡੀ ਦੀ ਰਿਪੇਅਰ ਲਈ ਚੰਗੇ ਨੇ ਠੀਕ ਹੈ ਲੇਕਿਨ ਇਹਨਾਂ ਐਂਟੀਆਕਸੀਡੈਂਟਸ ਦੀ ਇੱਕ ਬਹੁਤ ਭੈੜੀ ਹੈਬਿਟ ਆ ਉਹ ਇਹ ਹੈ ਕਿ ਐਂਟੀਆਕਸੀਡੈਂਟਸ ਜਦੋਂ ਵੀ ਵਿਟਾਮਿਨ ਨੂੰ ਟੱਚ ਕਰਨਗੇ ਇਹ ਵਿਟਾਮਿਨ ਨੂੰ ਖਤਮ ਕਰ ਦੇਣਗੇ ਨਸ਼ਟ ਕਰ ਦੇਣਗੇ ਮਿਨਰਲ ਜਿਵੇਂ ਕਿ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਜ਼ਿੰਕ ਕਾਪਰ ਇਹਨੂੰ ਟੱਚ ਕਰਨਗੇ ਇਹਨੂੰ ਵੀ ਉਹ ਬਾਈਂਡ ਕਰ ਲੈਣਗੇ ਆਪਣੇ ਨਾਲ ਹੁਣ ਤੁਹਾਡਾ ਸਰੀਰ ਉਸ ਮਿਨਰਲ ਨੂੰ ਪਹਿਚਾਣ ਨਹੀਂ ਸਕਦਾ ਕਿਉਂਕਿ ਐਂਟੀਆਕਸੀਡੈਂਟ ਕੈਟਾਚਿਨ ਤੇ ਟੈਨਿਨਸ ਨੇ ਉਹ ਆਪਣੇ ਨਾਲ ਬਾਈਂਡ ਕਰ ਲਿਆ ਹੁਣ ਉਹ ਮਿਨਰਲ ਵੀ ਤੁਹਾਡਾ ਲੋਸ ਤੇ ਦੁੱਧ ਦਾ ਜਿਹੜਾ ਪ੍ਰੋਟੀਨ ਹੁੰਦਾ ਉਹ ਵੀ ਟੈਨਿਨ ਕੈਟਾਚਿਨਸ ਦੇ ਨਾਲ ਡਿਸਟਰੋਏ ਹੁੰਦਾ ਆ ਉਹ ਵੀ ਸਾਨੂੰ ਡਾਈਜੈਸਟ ਨਹੀਂ ਹੁੰਦਾ ਸੋ ਭਾਵੇਂ ਤੁਸੀਂ ਦੁੱਧ ਪੱਤੀ ਹੀ ਕਿਉਂ ਨਹੀਂ ਪੀ ਰਹੇ ਲੇਕਿਨ ਜਿੱਥੇ ਪੱਤੀ ਆ ਗਈ ਉਹਨੇ ਤੁਹਾਡੇ ਸਾਰੇ ਵਿਟਾਮਿਨ ਤੁਹਾਡੇ ਸਾਰੇ ਮਿਨਰਲ ਤੇ ਤੁਹਾਡੇ ਸਾਰੇ ਦੇ ਸਾਰੇ ਜਿਹੜੇ ਆ ਪ੍ਰੋਟੀਨ ਉਹ ਨਸ਼ਟ ਕਰ ਦੇਣੇ ਤੇ ਸਾਡਾ ਟ੍ਰੈਂਡ ਕੀ ਆ ਸਾਡਾ ਟ੍ਰੈਂਡ ਆ ਵੀ ਸਵੇਰ ਦੇ ਨਾਸ਼ਤੇ ਨਾਲ ਚਾਹ ਕਈ ਲੋਕ ਤਾਂ ਰਾਤ ਨੂੰ ਡਿਨਰ ਤੋਂ ਬਾਅਦ ਵੀ ਚਾਹ ਪੀਂਦੇ ਆ ਸੋ ਜਿਹੜਾ ਵਿਅਕਤੀ ਖਾਣੇ ਦੇ ਟਾਈਮ ਤੇ ਚਾਹ ਪੀਂਦਾ ਦੇਖੋ ਜਿਹੜਾ ਵੱਖਰੇ ਟਾਈਮ ਤੇ ਪੀਂਦਾ ਨੁਕਸਾਨ ਤਾਂ ਉਹਨੂੰ ਵੀ ਆ ਪਰ ਜਿਹੜਾ ਖਾਣੇ ਦੇ ਟਾਈਮ ਤੇ ਪੀਂਦਾ ਸੋਚੋ ਵੀ ਤੁਸੀਂ ਆਪਣੇ ਨਾਸ਼ਤੇ 'ਚੋਂ ਵਿਟਾਮਿਨ ਮਿਨਰਲ ਪ੍ਰੋਟੀਨ ਸਾਰਾ ਕੁਛ ਤਾਂ ਨਸ਼ਟ ਕਰ ਲਿਆ ਪੱਲੇ ਤੁਹਾਡੇ ਕੀ ਪਿਆ ਇਹੀ ਕਾਰਨ ਆ ਵੀ ਅਸੀਂ ਬਿਮਾਰ ਹੁੰਦੇ ਹਾਂ ਸਾਡੇ ਸਰੀਰ 'ਚ ਵਿਟਾਮਿਨ ਮਿਨਰਲ ਦਾ ਲੈਵਲ ਸਹੀ ਹੋਵੇ ਸਾਡਾ ਸਰੀਰ ਆਪਣੇ ਆਪ ਨੂੰ ਆਪ ਠੀਕ ਕਰ ਸਕਦਾ ਆ ਲੇਕਿਨ ਚਾਹ ਜਿਹੜੀ ਆ ਉਹ ਜ਼ੀਰੋ ਨਿਊਟ੍ਰੀਸ਼ਨ ਡਰਿੰਕ ਆ ਬਲਕਿ ਇਹ ਨਿਊਟ੍ਰੀਸ਼ਨ ਲੈਵਲ ਨੂੰ ਘਟਾਉਂਦਾ ਵੀ ਹੈ ਹੋਰ ਚਾਹ ਪੀਣ ਦੇ ਨਾਲ ਕੀ ਕੀ ਸਮੱਸਿਆ ਹੋ ਸਕਦੀਆਂ ਨੇ ਸਾਨੂੰ ਐਸਿਡਿਟੀ ਵੱਧ ਹਜ਼ਮੀ ਕਬਜ਼ ਸਿਰ ਦਰਦ ਛਾਤੀ ਦੇ ਵਿੱਚ ਜਲਨ ਖਾਣਾ ਨਾ ਪਚਣਾ ਭੁੱਖ ਨਾ ਲੱਗਣਾ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਚਾਹ ਦੇ ਕਾਰਨ ਹੀ ਸਾਨੂੰ ਵੱਧਦੀਆਂ ਹੁਣ ਜਿਹੜੇ ਲੋਕ ਤਾਂ ਐਸਿਡਿਟੀ ਵਾਸਤੇ ਬਹੁਤ ਜ਼ਿਆਦਾ ਹੁੰਦੇ ਸੈਂਸਿਟਿਵ ਉਹਨਾਂ ਨੂੰ ਤਾਂ ਉਸੇ ਟਾਈਮ ਪਤਾ ਲੱਗ ਜਾਂਦਾ ਵੀ ਐਸਿਡਿਟੀ ਹੋ ਰਹੀ ਹੈ ਲੇਕਿਨ ਸਾਡਾ ਟ੍ਰੈਂਡ ਕੀ ਆ ਐਸਿਡਿਟੀ ਦੀ ਗੋਲੀ ਖਾ ਲੈਣੀ ਪਰ ਚਾਹ ਨਹੀਂ ਛੱਡਣੀ ਠੀਕ ਹੈ ਸਵੇਰੇ ਉੱਠ ਕੇ ਗੈਸ ਵਾਲਾ ਕੈਪਸੂਲ ਦਾ ਰੋਜ਼ ਖਾ ਲੈਣਾ
ਠੀਕ ਹੈ, ਮਲਟੀਵਿਟਾਮਿਨ ਖਾਈ ਜਾਣੇ ਆ, ਕਿਉਂ? ਕਿਉਂਕਿ ਅੱਖਾਂ 'ਚੋਂ ਨੀਂਦਾ ਨਹੀਂ ਪਿਆ, ਅੱਖਾਂ ਥੱਲੇ ਕਾਲੇ ਖੱਡੇ ਹੋ ਗਏ ਆ, ਸਕਿਨ ਸਾਡੀ ਖਰਾਬ ਹੋ ਰਹੀ ਹੈ, ਵਿਟਾਮਿਨ ਮਿਨਰਲ ਸਰੀਰ 'ਚ ਹੈ ਨਹੀਂ, ਬਾਹਰੋਂ ਲੋਸ਼ਨ ਲੈ ਲੈ ਕੇ ਪਿੰਡੇ 'ਤੇ ਮਲ ਲੈਣੇ ਆ, ਲੇਕਿਨ ਚਾਹ ਨਹੀਂ ਛੱਡਣੀ। ਸੋ ਦੋਸਤੋ, ਜਿਹੜੀ ਚੀਜ਼ ਤੁਹਾਨੂੰ ਨੁਕਸਾਨ ਕਰਦੀ ਆ ਉਹਨੂੰ ਛੱਡ ਦੇਈਏ ਆਪਾਂ। ਸੋ ਜਿਹੜੇ ਲੋਕ ਤਾਂ ਸੈਂਸਿਟਿਵ ਆ ਉਹਨਾਂ ਨੂੰ ਤਾਂ ਐਸਿਡਿਟੀ ਉਸੇ ਟਾਈਮ ਮਹਿਸੂਸ ਹੋ ਜਾਂਦੀ, ਕੁਝ ਲੋਕ ਨਹੀਂ ਵੀ ਸੈਂਸਿਟਿਵ ਹੁੰਦੇ, ਐਸਿਡਿਟੀ ਉਹਨਾਂ ਨੂੰ ਵੀ ਹੁੰਦੀ ਆ। ਉਹਦਾ ਕਾਰਨ ਕੀ ਆ? ਚਾਹ ਬਹੁਤ ਸਾਰਾ ਐਸਿਡ ਸਾਡੀ ਬੋਡੀ ਦੇ ਵਿੱਚੋਂ ਵੇਸਟ ਕਰਵਾ ਦਿੰਦੀ। ਦੇਖੋ, ਤੁਹਾਡਾ ਸਰੀਰ 24 ਘੰਟੇ ਥੋੜ੍ਹਾ ਥੋੜ੍ਹਾ ਐਸਿਡ ਬਣਾ ਬਣਾ ਕੇ ਉਹਨੂੰ ਜਮ੍ਹਾਂ ਕਰਦਾ ਰਹਿੰਦਾ ਹੈ, ਅਤੇ ਜਦੋਂ ਤੁਸੀਂ ਚਾਹ ਪੀਂਦੇ ਆ ਇੱਕਦਮ ਹੀ ਬਹੁਤ ਸਾਰਾ ਐਸਿਡ ਤੁਹਾਡਾ ਵੇਸਟ ਹੋ ਜਾਂਦਾ। ਹੁਣ ਮੰਨ ਲਓ ਕੋਈ ਵਿਅਕਤੀ ਸਵੇਰੇ ਉੱਠਿਆ, ਸਭ ਤੋਂ ਪਹਿਲਾਂ ਉਹਨੇ ਚਾਹ ਦਾ ਕੱਪ ਪੀਤਾ, ਉਹ ਸਾਰੀ ਰਾਤ ਦਾ ਜਿਹੜਾ ਐਸਿਡ ਹੌਲੀ ਹੌਲੀ ਸਰੀਰ ਨੇ ਬਣਾਇਆ ਸੀ ਉਹਦੇ ਵਿੱਚੋਂ ਮੈਜੋਰਿਟੀ ਦਾ ਤੁਹਾਡਾ ਚਾਹ ਦੇ ਕੱਪ 'ਤੇ ਵੇਸਟ ਹੋ ਗਿਆ, ਜਿਹਦੇ 'ਚ ਤੁਹਾਨੂੰ ਜੀਰੋ ਮਿਲਣਾ, ਜੀਰੋ ਨਿਊਟ੍ਰੀਸ਼ਨ ਮਿਲਣਾ ਤੁਹਾਨੂੰ। ਠੀਕ ਹੈ, ਐਸਿਡਿਟੀ ਹੋ ਗਈ, ਐਸਿਡ ਵੇਸਟ ਹੋ ਗਿਆ। ਹੁਣ ਘੰਟੇ ਡੇਢ ਘੰਟੇ ਬਾਅਦ ਜਦੋਂ ਬੰਦਾ ਨਾਸ਼ਤਾ ਕਰੇਗਾ, ਨਾਸ਼ਤੇ 'ਚ ਮੈਂ ਕਹਿੰਦਾ ਜਿੰਨਾ ਮਰਜ਼ੀ ਹੈਲਦੀ ਉਹ ਖਾ ਲਵੇ, ਫਰੂਟ ਖਾ ਲਵੇ ਜਾਂ ਓਟਸ ਖਾ ਲਵੇ ਜਾਂ ਬੇਸਣ ਦੀ ਰੋਟੀ ਖਾ ਲਵੇ ਜਾਂ ਸਪਰਾਊਟਸ ਖਾ ਲਵੇ, ਜਿੰਨੀ ਮਰਜ਼ੀ ਹੈਲਦੀ ਚੀਜ਼ ਖਾ ਲੈ, ਤੁਹਾਡੇ ਸਰੀਰ 'ਚ ਹੁਣ ਉਨਾ ਐਸਿਡ ਹੀ ਹੈ ਨਹੀਂ ਵੀ ਤੁਸੀਂ ਹੁਣ ਜਿਹੜਾ ਹੈਲਦੀ ਨਾਸ਼ਤਾ ਕੀਤਾ ਉਹਨੂੰ ਤੋੜ ਕੇ ਉਹਦੇ 'ਚੋਂ ਵਧੀਆ ਮਾਤਰਾ 'ਚ ਪ੍ਰੋਟੀਨ ਵਿਟਾਮਿਨ ਮਿਨਰਲ ਕੱਢ ਸਕੋ। ਸੋ ਤੁਹਾਡਾ ਘਾਟਾ ਕਿਹਨੇ ਕਰਾਇਆ? ਚਾਹ ਨੇ ਤੁਹਾਡਾ ਘਾਟਾ ਕਰਾਇਆ। ਚਾਹ ਦੇ ਨਾਲ ਜੁੜੀ ਹੋਈ ਹੋਰ ਸਮੱਸਿਆ ਕੀ ਆ? ਚਾਹ ਸਾਡੇ ਮੇਦੇ 'ਚ ਗਰਮੀ ਪਾਉਂਦੀ ਆ, ਸਾਡੀ ਭੁੱਖ ਨੂੰ ਮਾਰਦੀ ਆ। ਠੀਕ ਹੈ, ਤੁਸੀਂ ਚਾਹੋ ਤਾਂ ਇਹ ਚੀਜ਼ ਆਪਣੇ ਨਾਲ, ਵੈਸੇ ਤਾਂ ਕਰਕੇ ਕਾਫੀ ਸਾਰੇ ਲੋਕ ਦੇਖ ਚੁੱਕੇ ਆ, ਬਸ ਉਹਨੂੰ ਸਮਝ ਨਹੀਂ ਪਾਉਂਦੇ, ਅਣਜਾਣੇ 'ਚ ਕਰ ਲੈਂਦੇ ਆ, ਨਹੀਂ ਕਿਤੇ ਕੀਤਾ ਤਾਂ ਕਰਕੇ ਦੇਖ ਲਿਓ। ਠੀਕ ਹੈ, ਲੇਕਿਨ ਮੇਰੀ ਐਡਵਾਈਸ ਨਹੀਂ ਕਿ ਉਹ ਆਪਣੇ ਰਿਸਕ 'ਤੇ ਕਰ ਲਿਓ ਆਪ ਕਰਨਾ। ਤੁਸੀਂ ਸਵੇਰ ਤੋਂ ਸ਼ੁਰੂ ਕਰ ਦਿਓ, ਜਦੋਂ ਤੁਹਾਨੂੰ ਭੁੱਖ ਲੱਗੇ ਤੁਸੀਂ ਇੱਕ ਕੱਪ ਚਾਹ ਦਾ ਪੀਣਾ, ਨਾਲ ਕੁਛ ਨਹੀਂ ਖਾਣਾ, ਜਦੋਂ ਭੁੱਖ ਲੱਗੇ ਚਾਹ ਪੀਣੀ ਆ। ਅਗਰ ਤੁਸੀਂ ਚਾਹ ਦਾ ਕੱਪ ਪੀ ਲੈਂਦੇ ਆ 2-3 ਘੰਟਿਆਂ ਤੱਕ ਤੁਹਾਨੂੰ ਭੁੱਖ ਲੱਗਣੀ ਨਹੀਂ, ਕਿਉਂ? ਐਸਿਡਿਟੀ ਉਹਨੇ ਇੰਨੀ ਕਰ ਦੇਣੀ ਹੈ, ਤੁਹਾਡੇ ਮੇਦੇ 'ਚ ਗਰਮੀ ਪਾ ਦੇਣੀ ਹੈ, ਤੁਹਾਨੂੰ ਭੁੱਖ ਲੱਗਣੀ ਨਹੀਂ, ਅਤੇ ਜਦੋਂ ਤੁਹਾਨੂੰ ਭੁੱਖ ਲੱਗਣੀ ਤੁਸੀਂ ਫਿਰ ਚਾਹ ਪੀ ਲੈਣੀ, ਉਹਦੇ ਨਾਲ ਫਿਰ ਮੇਦੇ 'ਚ ਗਰਮੀ, ਫਿਰ ਭੁੱਖ ਮਰ ਗਈ, ਫਿਰ ਐਸਿਡਿਟੀ। ਜਦਕਿ ਤੁਹਾਡੇ ਸਰੀਰ ਨੂੰ ਜੀਰੋ ਨਿਊਟ੍ਰੀਸ਼ਨ ਵੈਲਿਊ ਮਿਲਦੀ ਪਈ ਆ ਚਾਹ ਪੀਣ ਨਾਲ, ਫਿਰ ਵੀ ਤੁਹਾਨੂੰ ਭੁੱਖ ਨਹੀਂ ਲੱਗ ਰਹੀ, ਇੰਨੀ ਨੁਕਸਾਨਦੇਹ ਆ ਚਾਹ ਜਾਂ ਦੁੱਧ ਪੱਤੀ ਸਾਡੇ ਪੇਟ ਵਾਸਤੇ। ਹੋਰ ਇੱਕ ਅਗਲੀ ਚੀਜ਼ ਜਿਹੜੀ ਮੈਂ ਸ਼ੂਗਰ ਵਾਲੇ ਪੇਸ਼ੈਂਟਾਂ ਦੇ ਵਿੱਚ ਨੋਟਿਸ ਕੀਤੀ, ਸ਼ੂਗਰ ਦਾ ਮਰੀਜ਼, ਡਾਇਬਟਿਕ ਮਰੀਜ਼, ਚਾਹੇ ਗੋਲੀ ਖਾਂਦਾ ਚਾਹੇ ਇਨਸੁਲਿਨ ਲੈਂਦਾ, ਅਗਰ ਉਸ ਵਿਅਕਤੀ ਨੂੰ ਤੁਸੀਂ ਫਿੱਕੇ ਚਾਹ ਦਾ ਕੱਪ ਜਾਂ ਫਿੱਕਾ ਦੁੱਧ ਪੱਤੀ ਦਾ ਕੱਪ ਵੀ ਦੇ ਦੇਵੋਗੇ, ਠੀਕ ਹੈ, ਉਹਦੀ ਸ਼ੂਗਰ 40-70-80 ਪੁਆਇੰਟ ਉੱਪਰ ਚੱਲ ਜਾਣੀ, ਉਹਦੀ ਸ਼ੂਗਰ ਵੱਧ ਜਾਣੀ, ਫਿੱਕੇ ਚਾਹ ਦੇ ਕੱਪ ਨਾਲ ਵੀ ਸ਼ੂਗਰ ਵੱਧ ਜਾਣੀ ਹੈ। ਕਿਉਂ? ਕਿਉਂਕਿ ਉਸ ਚਾਹ ਨੇ ਐਸਿਡਿਟੀ ਕੀਤੀ, ਐਸਿਡਿਟੀ ਨਾਲ ਤੁਹਾਡੇ ਪੇਟ 'ਚ ਸਟ੍ਰੈਸ ਹੋਈ, ਸਟ੍ਰੈਸ ਦੇ ਕਾਰਨ ਜਿਹੜਾ ਆ ਤੁਹਾਡੇ ਸਰੀਰ ਦਾ ਜਿਹੜਾ ਸਟ੍ਰੈਸ ਹਾਰਮੋਨ ਆ ਕੋਰਟੀਸੋਲ ਉਹ ਵੱਧ ਗਿਆ, ਕੋਰਟੀਸੋਲ ਵਧਣ ਦੇ ਨਾਲ ਤੁਹਾਡੇ ਸਰੀਰ 'ਚ ਇਨਫਲਾਮੇਸ਼ਨ ਵੱਧ ਗਈ, ਅਤੇ ਇਨਫਲਾਮੇਸ਼ਨ ਤੁਹਾਡੀ ਸ਼ੂਗਰ ਨਾਲ ਜੁੜੀ ਹੋਈ ਹੈ। ਜੜ ਕੀ ਆ? ਫਿੱਕਾ ਕੱਪ ਚਾਹ ਦਾ, ਅਤੇ ਅਸੀਂ ਸੋਚਦੇ ਹਾਂ ਫਿੱਕਾ ਹੀ ਆ ਪੀ ਲਓ ਕੁਛ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਭਾਵੇਂ ਐਕਸਪੈਰੀਮੈਂਟ ਕਰਕੇ ਦੇਖ ਲਿਓ, ਘਰੇ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਕੁਛ ਨਹੀਂ ਖਾਣਾ, ਸ਼ੂਗਰ ਆਪਣੀ ਚੈੱਕ ਕਰ ਲਿਓ, ਫਿੱਕਾ ਚਾਹ ਦਾ ਇੱਕ ਕੱਪ ਪੀ ਲਿਓ, ਅਤੇ ਘੰਟੇ ਬਾਅਦ, ਅੱਧੇ ਪੌਣੇ ਘੰਟੇ ਬਾਅਦ ਜਾਂ ਇੱਕ ਘੰਟੇ ਬਾਅਦ ਆਪਣੀ ਸ਼ੂਗਰ ਦੁਬਾਰਾ ਚੈੱਕ ਕਰ ਲਿਓ, ਤੁਹਾਡੀ ਸ਼ੂਗਰ ਵਧੀ ਹੋਏਗੀ। ਜਦਕਿ ਤੁਹਾਡੇ ਸਰੀਰ 'ਚ ਕੋਈ ਵੀ ਨਿਊਟ੍ਰੀਸ਼ਨ ਜਾਂ ਚੰਗੀ ਚੀਜ਼ ਨਹੀਂ ਗਈ, ਲੇਕਿਨ ਤੁਹਾਡੀ ਸ਼ੂਗਰ ਵੱਧ ਗਈ ਕਿਉਂਕਿ ਸਟ੍ਰੈਸ ਹੋ ਗਈ ਬੋਡੀ 'ਚ। ਸੋ ਦੋਸਤੋ, ਮੇਰੀ ਰਿਕੁਐਸਟ ਤੁਹਾਨੂੰ ਇਹ ਆ ਕਿ ਗੈਸ, ਐਸਿਡਿਟੀ, ਵੱਧ ਹਜ਼ਮੀ, ਕਬਜ਼, ਖਾਣਾ ਨਾ ਪਚਣਾ, ਪੂਅਰ ਡਾਈਜੈਸ਼ਨ, ਸਰੀਰ 'ਚ ਵਿਟਾਮਿਨ ਮਿਨਰਲਾਂ ਦੀ ਕਮੀ ਹੋਣੀ, ਗੋਡੇ ਦੁਖਣੇ, ਹਾਰਟ, ਬੀਪੀ, ਸ਼ੂਗਰ ਦੀਆਂ ਬਿਮਾਰੀਆਂ, ਫੈਟੀ ਲਿਵਰ, ਕਿਡਨੀ ਦੀ ਬਿਮਾਰੀ, ਅਗਰ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਚੀਜ਼ ਹੈ ਜਾਂ ਤੁਸੀਂ ਚਾਹੁੰਦੇ ਹੋ ਵੀ ਇਹਨਾਂ 'ਚੋਂ ਕੋਈ ਵੀ ਬਿਮਾਰੀ ਤੁਹਾਨੂੰ ਨਾ ਹੋਵੇ, ਤਾਂ ਚਾਹ ਦਾ ਖੈੜਾ ਛੱਡ ਦਿਓ, ਦੁੱਧ, ਦਹੀਂ, ਲੱਸੀ ਦਾ ਕੱਪ ਵੱਧ ਲੈ ਲਿਆ ਕਰੋ, ਲੇਕਿਨ ਚਾਹ ਪੀਣੀ ਬੰਦ ਕਰ ਦਿਓ। ਸੋ ਮੇਰੀ ਇਸ ਗੱਲ ਦੇ ਉੱਪਰ ਥੋੜ੍ਹਾ ਜਿਹਾ ਗੌਰ ਜ਼ਰੂਰ ਕਰਿਓ। ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਚ, ਉਦੋਂ ਤੱਕ ਟੇਕ ਕੇਅਰ।